ਜਸਪੰਜਾਬੀ ਦੇਖਣ ਵਾਲੇ ਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ ਅੱਜ ਦਾ ਖਾਸ ਪ੍ਰੋਗਰਾਮ ਲੈ ਕੇ ਸਾਡੇ ਪੰਜਾਬੀਆਂ ਵਾਸਤੇ ਖਾਸ ਤੌਰ ਤੇ ਅਮਰੀਕਾ ਵਸਦੇ ਪੰਜਾਬੀਆਂ ਵਾਸਤੇ ਹਾਲਾਂਕਿ ਪ੍ਰੋਗਰਾਮ ਬੇਸ਼ੱਕ ਪੂਰੀ ਦੁਨੀਆ ਵਿੱਚ ਦੇਖਿਆ ਜਾਂਦਾ ਪਰ ਪ੍ਰੋਗਰਾਮ ਖਾਸ ਤੌਰ ਤੇ ਅਮਰੀਕਨ ਪੰਜਾਬੀਆਂ ਵਾਸਤੇ ਹੋਏਗਾ ਇੱਕ ਬਹੁਤ ਵੱਡੀ ਜਾਣਕਾਰੀ ਇੱਕ ਬਹੁਤ ਵੱਡੀ ਐਸੀ ਗੱਲਬਾਤ ਜਿਹੜੀਆਂ ਚੀਜ਼ਾਂ ਸਾਨੂੰ ਪਤਾ ਹੀ ਨਹੀਂ ਸਭ ਤੋਂ ਵੱਡੀ ਗੱਲ ਇਹ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅਵੇਅਰ ਕਰਨ ਦੀ ਕੋਸ਼ਿਸ਼ ਕਰੀਦੀ ਹੈ ਪੰਜਾਬੀਆਂ ਨੂੰ ਖਾਸ ਤੌਰ ਤੇ ਟਰੱਕਿੰਗ ਇੰਡਸਟਰੀ ਦੇ ਨਾਲ ਸੰਬੰਧਿਤ ਜਿਹੜੇ ਲੋਕ ਹੈਗੇ ਨੇ ਕਿ ਇਹਦੇ ਵਿੱਚ بڑے ਲੁੱਕ-ਓਲੇ ਹੈਗੇ ਨੇ ਜਿਵੇਂ ਪੰਜਾਬ 'ਚ ਕਹਿੰਦੇ ਆਂ ਕੱਪੜੇ ਵਿੱਚ ਬੜਾ ਪਰਦਾ ਹੁੰਦਾ ਇਵੇਂ ਹੀ ਇਹਦੇ ਵਿੱਚ ਵੀ ਕਾਫੀ ਪਰਦੇ ਹੁੰਦੇ ਨੇ ਜਿਨ੍ਹਾਂ ਤੋਂ ਬਚਨ ਦੀ ਲੋੜ ਹੈ ਜਿਨ੍ਹਾਂ ਨੂੰ ਸਮਝਣ ਦੀ ਲੋੜ ਹੈ ਔਰ ਖਾਸ ਤੌਰ ਤੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰੀਦੀ ਹੈ ਕਿ ਟਰੱਕਿੰਗ ਇੰਡਸਟਰੀ ਦੇ ਵਿੱਚ ਅਸੀਂ ਵੱਧ ਤੋਂ ਵੱਧ ਪੈਸੇ ਜਿਹੜੇ ਆ ਉਹ ਕਿਵੇਂ ਬਚਾ ਸਕਦੇ ਆ ਕਈ ਵਾਰੀ ਗੱਲ ਛੋਟੀ ਜੀ ਹੁੰਦੀ ਹੈ ਕੋਈ ਖਰਚਾ ਵੀ ਨਹੀਂ ਹੁੰਦਾ ਤੇ ਪਰ ਪੈਸਾ ਅਸੀਂ ਕਾਫੀ ਬਚਾ ਸਕਦੇ ਹੁੰਦੇ ਇਹ ਸਾਰੀ ਸਲਾਹ مشਵਰਾ ਦੇਣ ਵਾਸਤੇ ਸਾਡੇ ਨਾਲ ਦਵਿੰਦਰ ਸਿੰਘ ਕੈਂਪਸ ਤੋਂ ਜੁੜਦੇ ਨੇ ਅੱਜ ਵੀ ਉਹ ਸਾਡੇ ਸਟੂਡੀਓ ਦੇ ਵਿੱਚ ਆਏ ਹੋਏ ਨੇ ਔਰ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਜੀ ਦਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਇੱਕ ਵਾਰ ਫਿਰ ਬਹੁਤ ਬਹੁਤ ਔਰ ਨਾਲ ਦੀ ਨਾਲ ਤੁਹਾਡਾ ਧੰਨਵਾਦ ਤੁਸੀਂ ਸਟੂਡੀਓ 'ਚ ਆਏ ਹੋ ਕੈਲੀਫੋਰਨੀਆ 'ਚ ਆਏ ਹੋ ਤੇ ਬੜਾ ਵਧੀਆ ਲੱਗਦਾ ਥੈਂਕ ਯੂ ਤੁਹਾਡਾ ਅਸੀਂ ਗੱਲ ਕਰੀ ਦੀ ਹੈ ਦਵਿੰਦਰ ਜੀ ਫੈਕਟਰੀਂਗ ਦੀ ਗੱਲ ਕਰਦੇ ਹਾਂ ਹਾਂ ਜ ਦੇ ਨਾਲ ਦੇ ਨਾਲ ਜਿੰਨੇ ਰਟੇਕ ਸਵਾਲ ਹੁੰਦੇ ਮੇਰੇ ਕੋਲ ਹਾਂਜੀ ਜਿੰਨੀ ਕਿ ਜਾਣਕਾਰੀ ਚਲੋ ਲਾ ਲਓ ਜਾ ਜਿੰਨੇ ਕਿ ਸਵਾਲ ਹੁੰਦੇ ਮੈਂ ਤੁਹਾਡਾ ਕਰ ਲੈਂਦਾ ਗੱਲਬਾਤ ਖਤਮ ਹੋ ਜਾਂਦੀ ਹੈ ਅੱਜ ਅਸੀਂ ਜਾਣਾਂਗੇ ਸਾਡੇ ਦਰਸ਼ਕਾਂ ਵਾਸਤੇ ਫੈਕਟਰੀਂਗ ਪਹਿਲੀ ਗੱਲ ਤਾਂ ਹੈ ਕੀ ਹੈ ਪੰਜਾਬੀ ਦੇ ਵਿੱਚ ਅਸੀਂ ਇਹਨੂੰ ਕਹਿੰਦੇ ਫੈਕਟਰੀਂਗ ਦਾ ਕੀ ਮਤਲਬ ਹੁੰਦਾ ਇੱਕ ਤਾਂ ਪਿੰਡਾਂ ਦੇ ਵਿੱਚ ਆੜਤੀਏ ਹੁੰਦੇ ਸੀਗੇ ਪਹਿਲਾਂ ਕਿ ਉਹ ਪੈਸੇ ਲੈ ਕੇ ਤੁਹਾਨੂੰ ਜ਼ਰੂਰਤ ਹੈ ਉਹ ਦੇਣ ਤੇ ਬਾਕੀ ਉਹਨਾਂ ਨੇ ਆਪੇ ਬਾਅਦ ਦੇ ਵਿੱਚ ਕਰ ਲੈਣਾ ਹਾਂਜੀ ਫੈਕਟਰੀਂਗ ਕੀ ਚੀਜ਼ ਆ ਤੇ ਜ਼ਰੂਰੀ ਕਿਉਂ ਹੈ ਸਾਡੇ ਵਾਸਤੇ ਜੀ ਦੇਖੋ ਭਾਜੀ ਜੋ ਫੈਕਟਰੀਂਗ ਹੈ ਨਾ फैक्टरिंग समझो ईजीएसट वे की कही अ कैश फ्लो खुला कैश जी है ना ताकि किसी बिजनेस के बिजनेस में कोई बिजनेस ने जे जो जे बधा हो है, तुसी अपना बिजनेस तो कैश चाहिए ही चाहिए हो जी बिल्कुल है ना तो क्रेडिट उत्ते सब कुछ खरीद नहीं सकते क्योंकि ए पी आर या परसेंटेज लगता होंगे वो ज़्यादा होता ਤੇ ਕਈ ਸਾਡੇ ਸੱਜਣਾਂ ਗਏ ਉਹ ਲੋਨ ਲੈ ਲੋਨ ਲੈ ਲੈਂਦੇ ਨੇ ਹੈਨਾ ਤੇ ਜਦੋਂ ਕੋਈ ਲੋਨ ਲੈਂਦਾ ਹੋਵੇ ਰਾਈਟ ਉਹਨਾਂ ਦਾ ਜਿਹੜਾ ਪਰਸੈਂਟੇਜ ਜਿਹੜਾ ਤੁਸੀਂ ਪੇ ਕਰਦੇ ਹੋ ਉਹ ਕਿੰਨਾ ਕੁ ਹੁੰਦਾ ਹੈ ਉਹ ਕਿੰਨੀ ਵਾਰੀ ਤੁਸੀਂ ਪੇ ਕਰਦੇ ਹੋ ਜਿਹਦੇ ਉੱਤੇ ਤੁਸੀਂ ਬਾਰੋ ਕੀਤਾ ਹੁੰਦਾ ਹੋਵੇ ਜਿਹਦੇ ਉੱਤੇ ਕਰਜ਼ਾ ਤੁਸੀਂ ਕੀਤਾ ਹੁੰਦਾ ਹੋਵੇ ਜੀ ਜੀ ਜੋ ਫੈਕਟਰੀਂਗ ਹੈ ਨਾ ਫੈਕਟਰੀਂਗ ਜੋ ਹੈਗੀ ਹੈ ਉਹ ਕੈਸ਼ ਫਲੋ ਲਈ ਹੈਗੀ ਹੈ ਉਹ ਤੁਹਾਡੀ ਜਿਹੜੀ ਇਨਵੋਇਸ ਹੈ ਅਸੀਂ ਇਨਵੋਇਸ ਖਰੀਦ ਕੇ ਥੋੜੇ ਜਿਹੀ ਪਰਸੈਂਟੇਜ ਲਈ ਹੈ ਨਾ 10000 ڈالر ਦੇ ਵਿੱਚੋਂ ਤੁਸੀਂ ਜੇ 2% ਲیتے ਕਿੰਨਾ ਹੋਇਆ ਕੁਛ ਨਹੀਂ ਜੀ ਬਿਲਕੁਲ ਪਰ ਜੇ ਤੁਸੀਂ ਲੋਨ ਲਿੱਤਾ ਰਾਈਟ ਫਿਰ ਤੇ ਜਿਹਦੇ ਇੱਕ ਤੇ ਤੁਸੀਂ ਕਰਜ਼ੇ ਵਿੱਚ ਉਹ ਡੈਟ ਵਿੱਚ ਰਾਈਟ ਤੇ ਜੇ ਤੁਸੀਂ ਆਪਣਾ ਕਰਜ਼ਾ ਪੇ ਨਹੀਂ ਕਰ ਸਕੇ ਫਿਰ ਕੀ ਹੋਇਆ ਤੁਹਾਡੀ ਜਿਹੜੀ ਤੁਹਾਡਾ ਬਿਜ਼ਨਸ ਜਿਹੜਾ ਤੁਸੀਂ ਸੈਟਅਪ ਕਰ ਰਹੇ ਹੋ ਜਾਂ ਇਹ ਨਹੀਂ ਮਿਹਨਤ ਕੀਤੀ ਹੈ ਉਹ ਖਤਰੇ ਚ ਪਾਇਆ ਜਾਂਦਾ ਵੇ ਬਿਲਕੁਲ ਰਾਈਟ ਇਹ ਇੱਕ ਤਰੀਕਾ ਵੇ ਕਿ ਤੁਸੀਂ ਆਪਣੇ ਹੱਥ ਵਿੱਚ ਕਿਵੇਂ ਕੈਸ਼ ਲੈ ਸਕਦੇ ਹੋ ਵਿਦਆਊਟ ਪੁੱਟਿੰਗ ਯੋਰ ਕੈਨਨ ਅ ਬਿਜ਼ਨੈਸ ਜੈਪਟੀ ਵਿੱਚ ਜੀ ਤੇ ਅੱਛਾ ਜੇ ਕੋਈ ਬੰਦਾ ਕਹਿੰਦਾ ਮੈਨੂੰ ਪੈਸੇ ਦੀ ਲੋੜ ਹੀ ਨਹੀਂ ਹੈਗੀ ਪੈਸਾ ਮੇਰੇ ਕੋ ਬਥੇਰਾ ਜਿੱਦਾਂ ਅਕਸਰ ਆਪਾਂ ਪੰਜਾਬੀ ਕਹਿੰਦੇ ਰੱਬ ਦਾ ਦਿੱਤਾ ਬੜਾ ਕੁਝ ਹੈ ਜੀ ਤੇ ਉਹਨੂੰ ਜੋ ਉਹਦੇ ਫਾਇਦੇ ਕੀ ਹੈ ਜੇ ਮਤਲਬ ਜ਼ਰੂਰਤ ਨਹੀਂ ਜਿਆਦਾ ਉਹਨੂੰ ਹੈਗੀ ਠੀਕ ਹੈ ਜੀ ਮੈਨੂੰ 3 ਮਹੀਨੇ ਬਾਅਦ ਪੈਸੇ ਉਹਨਾਂ ਮੈਂ 3 ਮਹੀਨੇ ਬਾਅਦ ਸਾਰ ਲੂੰਗਾ ਹਾਂਜੀ ਤੇ ਫਿਰ ਇਹਦੇ ਫਾਇਦੇ ਹੋਰ ਕੀ ਨੇ ਜਿਹੜੇ ਬਹੁਤ ਸਾਰੇ ਕਿ ਜਿਹਦੇ ਵਾਸਤੇ ਇਹ ਕਹਿ ਸਕਦੇ ਅਸੀਂ ਵੀ ਨਹੀਂ ਵੀ ਜ਼ਰੂਰਤ ਆ ਅਗਰ ਇਹ ਕਰੋਗੇ ਤੇ ਇਹਦੇ ਫਾਇਦੇ ਬਹੁਤ ਨੇ ਜੀ ਦੇਖੋ ਕਈ ਫਾਇਦੇ ਹੈਗੇ ਨੇ ਪਹਿਲੀ ਚੀਜ਼ ਤੇ ਜਿਸ ਜਿਹੜਾ ਵੀ ਜਿਹੜਾ ਵੀ ਵੀਰ ਹੈ ਭੈਣ ਨੇ ਮੈਨੂੰ ਕਿਹਾ ਕਿ ਮੈਨੂੰ ਪੈਸੇ ਨਹੀਂ ਚਾਹੀਦੇ ਮੈਂ ਤੇ ਹੱਸਦਾ ਵਾ ਕਿ ਸਾਰੇ ਨੂੰ ਪੈਸੇ ਚਾਹੀਦੇ ਨੇ ਨਹੀਂ ਤੇ ਤੁਸੀਂ ਇਹ ਕੰਮ ਕਰਦੇ ਹੀ ਨਾ ਬਿਲਕੁਲ ਹੈ ਨਾ ਜੀ ਤੇ ਜੇ ਤੁਸੀਂ ਨਵੇਂ ਹੈਗੇ ਹੋ ਹੁਣੇ ਵੀ ਤੁਸੀਂ ਸ਼ੁਰੂ ਕੀਤਾ ਵੇ ਤੇ ਤੁਹਾਨੂੰ ਸ਼ਾਇਦ ਪਤਾ ਨਹੀਂ ਹੋਏਗਾ ਪਰ ਪੈਸੇ ਦੀ ਲੋਡ ਆਂਦੀ ਹੈ ਬਹੁਤ ਆਂਦੀ ਹੈ ਇਸ ਕੰਮ ਦੇ ਵਿੱਚ ਹੈ ਨਾ ਪੈਸੇ ਆਂਦੇ ਵੀ ਨੇ ਤੇ ਜਾਂਦੇ ਵੀ ਨੇ ਬਹੁਤ ਛੇਤੀ ਤਰ੍ਹਾਂ ਇਸ ਇਸ ਟਰਕਿੰਗ ਇੰਡਸਟਰੀ ਦੇ ਵਿੱਚ ਜੀ ਨਾਲ ਨਾਲ ਜੇ ਤੁਸੀਂ ਹੁਣ ਸਮਝੋ ਤੁਸੀਂ 2 ਜਾਂ 3 ਸਾਲ ਦੀ ਤੁਸੀਂ ਟਰੱਕਿੰਗ ਦੇ ਵਿੱਚ ਹੈਗੀ ਹੋ ਤੁਹਾਡੀ ਆਪਣੀ ਕੰਪਨੀ ਹੈਗੀ ਹੈ ਰਾਈਟ ਤੁਸੀਂ ਕੋਈ ਇੱਕੋ ਟਰੱਕ ਦੇ ਉੱਤੇ ਰੱਖਣਾ ਵੀ ਹੈ ਆਪਣੀ ਕੰਪਨੀ ਜਾਂ ਵਧਾਣੀ ਹੈ ਆਪਣੀ ਕੰਪਨੀ ਨੂੰ ਬਿਲਕੁਲ ਜੀ ਹਰ ਕੰਮ ਬੰਦਾ ਵਧਾਉਣ ਬਾਰੇ ਸੋਚਦਾ ਹਰ ਹਾਲ ਜੀ ਜੇ ਤੁਸੀਂ ਵਧਾਣੀ ਹੋਏ ਫਿਰ ਤੇ ਤੁਹਾਨੂੰ ਕੈਸ਼ ਫਲੋ ਚਾਹੀਦਾ ਹੀ ਚਾਹੀਦਾ ਕਿਉਂਕਿ ਜੇ ਹੁਣ ਤੁਸੀਂ ਇੱਕ ਟਰੱਕ ਹੋਰ ਐਡ ਕਰ ਦੋ ਰਾਈਟ ਜਾਂ ਦੋ ਜਾਂ ਤਿੰਨ ਹੋਰ ਲਾ ਲਓ ਰਾਈਟ ਉਹ ਟਰੱਕ ਦੇ ਉਹ ਜਿਹੜੇ 2-3 ਟਰੱਕ ਤੁਸੀਂ ਲਿੱਤੇ ਹੋਏ ਨੇ ਉਹਨਾਂ ਦੀ ਵੀ ਕਿਸ਼ਤ ਹੋएगी ਨਾ ਜੀ ਸੋ ਜਿੱਥੇ ਪਹਿਲੇ ਤੁਹਾਨੂੰ ਪੈਸੇ ਨਹੀਂ ਚਾਹੀਦੇ ਸੀਗੇ ਹੁਣ ਤੇ ਜ਼ਰੂਰਤ ਉਹਦੀ ਹੈਗੀ ਹੈ ਕਿਉਂਕਿ ਉਹਨਾਂ ਦੀ ਵੀ ਕਿਸ਼ਤ ਦੇਣੀ ਪੈਂਦੀ ਉਹਨਾਂ ਦਾ ਵੀ ਇੰਸ਼ੋਰੈਂਸ ਦੇਣਾ ਪੈਂਦਾ ਹੈ ਜੀ ਤੇ ਨਾਲ ਦੇ ਨਾਲ ਜੇ ਤੁਹਾਡੇ ਕੋਲ ਫੈਕਟਰੀਂਗ ਹੋਏ ਰਾਈਟ ਜਿਹੜੇ ਨਵੇਂ-ਨਵੇਂ ਹੈਗੇ ਨੇ ਜਾਂ ਜਿਹੜੀਆਂ ਛੋਟੀਆਂ ਕੰਪਨੀਆਂ ਨੇ ਜਿਹੜੀ ਜਿਹੜੇ ਗਰੋ ਕਰ ਰਹੀਆਂ ਨੇ ਵਧਦੀਆਂ ਪਈਆਂ ਨੇ ਹੈਨਾ ਉਹਨਾਂ ਕੋਲ ਕਲੈਕਸ਼ਨਸ ਏਜੰਸੀ ਨਹੀਂ ਹੈਗੀ ਆ ਰਾਈਟ ਜੀ ਕਿ ਜਿਹੜੀ ਕਲੈਕਸ਼ਨਸ ਹੈ ਉਹਦੇ ਲਈ ਤੁਹਾਨੂੰ ਸਟਾਫ ਲੈਣਾ ਪੈਂਦਾ ਵੇ ਸਟਾਫ ਨੂੰ ਤੁਹਾਨੂੰ ਪੈਸੇ ਦੇਣੇ ਪੈਂਦੇ ਨੇ ਉਹਨਾਂ ਦੀ ਤਨਖਾਹ ਦੇ ਲਈ ਤੇ ਉਹ ਜੋ ਵੀ ਹੈਗਾ ਹੁਣ ਤੇ ਇੱਥੇ ਕੈਲੀਫੋਰਨੀਆ 'ਚ ਤੇ AB5 ਆ ਗਿਆ ਸਾਰਿਆਂ ਨੂੰ W2 ਦੇ ਉੱਤੇ ਪਾਣਾ ਪੈਂਦਾ ਵੇ ਜੀ ਰਾਈਟ ਹੈਲਥ ਕੇਅਰ ਕੋਣ ਉਹਨਾਂ ਨੂੰ ਦੇਣੀ ਪੈਂਦੀ ਹੈ ਫੈਸਿਲਿਟੀਆਂ ਤੇ ਉਹ ਜੋ ਵੀ ਹੈਗਾ ਵੇ ਸੋ ਇਹ ਇੱਕ ਤਰੀਕਾ ਹੈ ਕਿ ਤੁਸੀਂ ਫੈਕਟਰਿੰਗ ਕੰਪਨੀ ਨੂੰ ਕਲੈਕਸ਼ਨਸ ਦਾ ਉਹ ਦੇ ਦਿਓ ਜੀ ਰਿਸਪਾਂਸਿਬਿਲਟੀ ਦੇ ਦਿਓ ਜ਼ਿੰਮੇਵਾਰੀ ਉਹਨਾਂ ਨੂੰ ਦੇ ਦਿਓ ਕਿ ਤੂੰ ਜਿਹੜੇ ਸਾਡੇ ਇਨਵੋਇਸਸ ਨੇ ਤੁਸੀਂ ਸਾਡੇ ਲਈ ਕਲੈਕਟ ਕਰੋ ਤਾਂ ਕਿ ਮੈਨੂੰ ਦੋ ਤਿੰਨ ਬੰਦੇ ਨਹੀਂ ਰੱਖਣੇ ਪੈਂਦੇ ਕਲੈਕਸ਼ਨਸ ਲਈ ਜੀ ਬਿਲਕੁਲ ਬਿਲਕੁਲ ਜੀ ਤੇ ਇਹ ਜਿਹੜੇ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਕਲੈਕਸ਼ਨ ਕੰਪਨੀਆਂ ਜਿਹੜੀਆਂ ਉਹਨਾਂ ਕੋਲੇ ਕੋਈ ਫੈਕਟਰੀਂਗ ਵਾਲੇ ਹੈਗੇ ਕਲੈਕਸ਼ਨ ਕੰਪਨੀ ਹੋਣੀ ਚਾਹੀਦੀ ਹੈ ਕਿ ਕਲੈਕਸ਼ਨ ਦੇ ਬੰਦੇ ਹੋਣ ਜਦ ਕਿ ਇਦਾਂ ਵੀ ਹੁੰਦਾ ਕਈ ਵਾਰੀ ਵੀ ਬੰਦੇ ਨਹੀਂ ਹੋਣ ਰੱਖੇ ਤੇ ਉਦਾਂ ਹੀ ਫੈਕਟਰੀਂਗ ਕਰਨੀ ਸ਼ੁਰੂ ਕਰਦੇ ਹੋ ਇਹ ਯਾ ਜ਼ਰੂਰੀ ਹੈਗੇ ਆ ਮਤਲਬ ਮੇਰਾ ਮੇਨ ਸਵਾਲ ਇਹ ਸੀਗਾ ਵੀ ਜਿੰਨੇ ਕਿਸੇ ਨੇ ਫੈਕਟਰੀਂਗ ਕਰਨੀ ਆ ਉਹਨੂੰ ਕਿਹੜੀਆਂ ਚੀਜ਼ਾਂ ਧਿਆਨ ਰੱਖਣਾ ਚਾਹੀਦਾ ਕਿਸੇ ਕੰਪਨੀ ਨਾਲ ਜੁੜਨ ਤੋਂ ਪਹਿਲਾਂ ਜੀ ਕਈ ਚੀਜ਼ਾਂ ਦੀਆਂ ਕਈ ਚੀਜ਼ਾਂ ਦੀਆਂ ਜਾਣਕਾਰੀਆਂ ਵੀ ਤੇ ਜਿਸ ਚੀਜ਼ਾਂ ਦੀ ਧਿਆਨ ਰੱਖਣਾ ਚਾਹੀਦਾ ਜੇ ਤੁਸੀਂ ਸਵਾਲ ਪੁੱਛਿਆ ਹੋਵੇ ਇੱਕ ਤੇ ਹੈ ਕਿ ਜਿਹੜੀ ਤੁਹਾਡੀ ਫੈਕਟਰੀਂਗ ਕੰਪਨੀ ਦੇ ਨਾਲ ਤੁਸੀਂ ਜੁੜ ਰਹੇ ਹੋ ਹੈ ਨਾ ਉਹ ਕੰਪਨੀ ਦੇ ਕੋਲ ਕਲੈਕਸ਼ਨਸ ਏਜੰਸੀ ਹੈ ਜਾਂ ਨਹੀਂ ਹੈ अच्छा एक किਵੇਂ ਪਤਾ ਲੱਗੂਗਾ ਕਿ ਉਹਨਾਂ ਕੋਲੇ ਇੱਕ ਕ ਕਲੈਕਸ਼ਨ ਵਾਲਾ ਹੈ ਸਟਾਫ ਜਾਂ ਨਹੀਂ ਹੈ ਇਹ ਇਹਦਾ ਕਿਸ ਤਰ੍ਹਾਂ ਪਤਾ ਲਾਇਆ ਜਾ ਸਕਦਾ ਜਿਹੜਾ ਤੁਹਾਡਾ ਰੈਪ੍ਰੈਜ਼ੈਂਟੇਟਿਵ ਹੈ ਉਹਨਾਂ ਨੂੰ ਤੁਸੀਂ ਪੁੱਛ ਲਓ ਜਾਂ ਤੁਸੀਂ ਮੈਨੂੰ ਕਾਲ ਕਰਕੇ ਪੁੱਛ ਲਓ ਸਾਨੂੰ ਪਤਾ ਕਿਹੜੀਆਂ ਕੰਪਨੀਆਂਜ਼ ਦੇ ਕੋਲ ਕਲੈਕਸ਼ਨਸ ਡਿਵੀਜ਼ਨ ਹੈ ਤੇ ਕਿਹੜੀਆਂ ਕੰਪਨੀਆਂ ਦੇ ਕੋਲ ਨਹੀਂ ਹੂੰ ਅੱਛਾ ਇਹ ਵੀ ਚੱਕਰ ਹੈਗਾ ਹਾਂਜੀ ਤੇ ਇਹ ਫੈਕਟਰੀਂਗ ਜਿਹੜੀ ਹੈ ਮਤਲਬ ਕਿ ਤਕਰੀਬਤ ਤਕਰੀਬਨ ਮੇਰੇ ਖਿਆਲ ਨਾਲ 99% ਲੋਕ ਕਰਾਉਂਦੇ ਉਹਨਾਂ ਕੋਈ ਹੈਗੇ 1% ਇਦਾਂ ਦੇ ਲੋਕ ਵੀ ਜਿਹੜੇ ਨਹੀਂ ਕਰਾਉਂਦੇ ਹੋਣਗੇ ਕਈ ਹੈਗੇ ਨੇ ਜਿਹੜੇ ਕਹਿੰਦੇ ਨੇ ਕਿ ਹਾਂਜੀ ਇਹ ਸਾਨੂੰ ਲੋੜ ਨਹੀਂ ਹੈ ਠੀਕ ਹੈ ਹੈਨਾ ਪਰ ਦੇਖੋ ਸਾਲ ਦੋ ਸਾਲ ਬਾਅਦ ਉਹਨਾਂ ਨੂੰ ਵੀ ਉਹ ਹੈਗੀ ਹੈ ਉਹਨਾਂ ਨੂੰ ਵੀ ਅੱਛਾ ਹੈਗੀ ਹੈ ਕਿ ਅਸੀਂ ਹੋਰ ਆਪਣੀ ਕੰਪਨੀ ਵਧਾਈਏ ਜੀ ਤੇ ਇਹ ਅੱਛਾ ਕੰਮ ਕਰ ਵਧਾਉਣ ਲਈ ਤਾਂ ਪੈਸੇ ਦੀ ਲੋੜ ਪੈਂਦੀ ਹੈ ਹਰ ਹਾਲਤ ਔਰ ਜਿਹੜੀ ਮੇਨ ਮੈਨੂੰ ਗੱਲ ਤੁਹਾਡੀ ਗੱਲ ਦੇ ਵਿੱਚੋਂ ਸਮਝ ਆਈ ਉਹ ਇਹ ਹੈ ਪੀ ਅਗਰ ਅਸੀਂ ਕੋਈ ਕੰਮ ਕਰ ਚਲਾਉਣ ਵਾਸਤੇ ਲੋਨ ਲੈਨੇ ਆ ਜਾਂ ਕਿਤੇ ਵੀ ਕਰਜ਼ਾ ਲੈਨੇ ਆ ਤਾਂ ਉਹਦਾ ਵਿਆਜ ਕਾਫੀ ਜ਼ਿਆਦਾ ਹੁੰਦਾ ਹੈ ਬਹੁਤ ਜ਼ਿਆਦਾ ਤੇ ਫੈਕਟਰੀਂਗ ਅਗਰ ਅਸੀਂ ਕਰਦੇ ਆ ਤਾਂ ਉਹ ਉਹਦੇ ਮੁਕਾਬਲੇ ਵਿਆਜ ਦੇ ਮੁਕਾਬਲੇ ਬਹੁਤ ਘੱਟ ਹੁੰਦਾ ਬਹੁਤ ਘੱਟ ਹੁੰਦਾ ਇਸ ਕਰਕੇ ਫੈਕਟਰੀਂਗ ਕਰਨੀ ਚਾਹੀਦੀ ਬਿਲਕੁਲ ਬਿਲਕੁਲ ਨਾਲੇ ਫੈਕਟਰੀਂਗ ਦੇ ਨਾਲ ਬਹੁਤ ਫਾਇਦੇ ਆ ਜਗੇ ਨੇ ਜੀ ਤੁਸੀਂ ਆਪੇ ਵੀ ਕੰਮ ਕਰ ਸਕਦੇ ਹੋ ਤੁਸੀਂ ਜੇ ਸੋਚਦੇ ਹੋ ਕਿ ਫੈਕਟਰੀਂਗ ਤੋਂ ਬਿਨਾ ਤੁਸੀਂ ਚਲਾ ਸਕਦੇ ਹੋ ਆਪਣਾ ਕੰਮ ਠੀਕ ਹੈ ਪਾ ਜੀ ਵੀ ਮੈਂ ਹੁਣ ਕਿਹਾ ਵੇ ਕਲੈਕਸ਼ਨਜ਼ ਦੇ ਬਾਰੇ ਨਾ ਤੁਸੀਂ ਤੁਹਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਕਿ ਤੁਸੀਂ ਹਰ ਦਿਨ ਦੋ ਦੋ ਤਿੰਨ ਤਿੰਨ ਵਾਰੀ ਜਿੰਨੇ ਵੀ ਤੁਹਾਡੇ ਬ੍ਰੋਕਰਸ ਨੇ ਜਿਹਦੇ ਨਾਲ ਤੁਸੀਂ ਉਹ ਕੰਮ ਕਰਦੇ ਹੋ ਹਰ ਇੱਕ ਇੱਕ ਇਨਵੋਇਸ ਦੇ ਪਿੱਛੇ ਤੁਸੀਂ ਭਜੋ ਜੀ ਜੀ ਤੇ ਕਿਉਂ ਤੁਸੀਂ ਭਜੋ ਤੁਹਾਡਾ ਕੰਮ ਜਿਹੜਾ ਹੈਗਾ ਬਹੁਤ ਤੁਹਾਡਾ ਟਾਈਮ ਕੀਮਤੀ ਹੈ ਤੇ ਤੁਹਾਡਾ ਕੰਮ ਬਹੁਤ ਇੰਪੋਰਟੈਂਟ ਹੈਗਾ ਵੇ ਹੈਨਾ ਸੋ ਤੁਸੀਂ ਕਿਉਂ ਇੱਕ ਇੱਕ ਹਰ ਇੱਕ ਇਨਵੋਇਸ ਦੇ ਪਿੱਛੇ ਭਜੋ ਕਿ ਸਾਨੂੰ ਕਾਸੇ ਜੋ ਪੈਸੇ ਦਿਓ ਪੈਸੇ ਦਿਓ ਜਿਵੇਂ ਕੋਈ ਮੰਗਦਾ ਪਿਆ ਹੋਏ ਪੈਸੇ ਤੇ ਤੁਹਾਡੇ ਹੀ ਨੇ ਹਾਂਜੀ ਹੈਨਾ ਸੋ ਇਹ ਤੁਸੀਂ ਕੰਮ ਫੈਕਟਿੰਗ ਕੰਪਨੀ ਨੂੰ ਦੇ ਦਿਓ ਤੇ ਜਦੋਂ ਕੋਈ ਤੁਹਾਡੇ ਨਾਲ ਮੰਨ ਲਓ ਇਨਰੋਲ ਹੋ ਗਿਆ ਉਹਨੇ ਤੁਹਾਡਾ ਨਾ ਕੰਟਰੈਕਟ ਕਰ ਲਿਆ ਸਭ ਕੁਝ ਕਰ ਲਿਆ ਤੇ ਉਸ ਤੋਂ ਬਾਅਦ ਉਹਦੀ ਜ਼ਿੰਮੇਵਾਰੀ ਬਿਲਕੁਲ ਖਤਮ ਐ ਅੱਗੋਂ ਪੈਸੇ ਮੈਣਨ ਨਾ ਮੈਣਨ ਕੋਈ ਝੂਲਚਾਲ ਹੋ ਜਾਏ ਉਹ ਉਹਦੀ ਜ਼ਿੰਮੇਵਾਰੀ ਖਤਮ ਉਹ ਆਪਣੇ ਪੈਸੇ ਲੈ ਕੇ ਘਰੇ ਚਲੇ ਗਿਆ ਜਾਂ ਉਸ ਤੋਂ ਬਾਅਦ ਵੀ ਕੋਈ ਪੁਆਇੰਟ ਹੁੰਦਾ ਕਿ ਨਹੀਂ ਪਈ ਅਗਰ ਐਦਾਂ ਹੋਈ ਤਾਂ ਫਿਰ ਤੈਨੂੰ ਗੱਲ ਕਰਨੀ ਪੈਣੀ ਦੁਬਾਰਾ ਜਾਂ ਮਤਲਬ ਪੈਸੇ ਦੇਣੇ ਪੈਣੇ ਬਹੁਤ ਚੰਗਾ ਸਵਾਲ ਹੈ ਤੁਹਾਡਾ ਭਾਜੀ ਜੀ ਦੇਖੋ ਕਈ ਸਾਡੇ ਜਿਹੜੇ ਸਾਡੇ ਨਾਲ ਫੈਕਟਰੀਂਗ ਕਰਦੇ ਨੇ ਉਹ ਸੋਚਦੇ ਨੇ ਜਾਂ ਜੇ ਫੈਕਟਰੀਂਗ ਕਰਦੇ ਨੇ ਆਮ ਤੌਰ ਤੇ ਉਹ ਸੋਚਦੇ ਨੇ ਕਿ ਚਲੋ ਇਹਨਾਂ ਦੀ ਕਲੈਕਸ਼ਨਸ ਟੀਮ ਹੈ ਮੇਰੀ ਛੁੱਟੀ ਜੀ ਬਿਲਕੁਲ ਹੈਨਾ ਪਰ ਅਸਲ ਵਿੱਚ ਜਿਹੜੀ ਤੁਹਾਡੀ ਕਲੈਕਸ਼ਨਸ ਟੀਮ ਹੈ ਰਾਈਟ ਤੁਹਾਡੇ ਫੈਕਟਰੀਂਗ ਕੰਪਨੀ ਦੇ ਨਾਲ ਉਹ ਸਮਝੋ ਕਿ ਉਹ ਤੁਹਾਡੇ EMPLOYE ONE ਨੇ ਜੀ ਹੈਨਾ ਆਪਣੇ এমਪਲੋਈ ਦੇ ਉੱਤੇ ਨਜ਼ਰ ਤੇ ਰੱਖਣਾ ਚਾਹੀਦਾ ਹੈ ਨਾ ਬਿਲਕੁਲ ਰਾਈਟ ਆਪਣਾ ਜਿਹੜਾ ਅਕਾਊਂਟ ਹੈ ਤੁਸੀਂ ਇਹ ਥੋੜਾ ਕਹੋਗੇ ਕਿ ਚਲੋ ਠੀਕ ਹੈ ਉਹ ਕਲੈਕਟ ਕਰ ਲੈਣਗੇ ਮੈਂ ਹੁਣ ਉੱਤੇ ਹੁਣ ਆਪਣੀ ਅੱਖਾਂ ਬੰਦ ਕਰਕੇ ਆਪਣਾ ਬਿਜ਼ਨਸ ਚਲਾ ਲੈਂਦਾ ਨਹੀਂ ਅਸੀਂ ਹਰ ਹਰ ਕਦਮ ਅਸੀਂ ਆਪਣੇ ਅਕਾਊਂਟ ਦੇ ਉੱਤੇ ਧਿਆਨ ਰੱਖਦੇ ਆ ਕਿੰਨਾ ਪੈਸਾ ਆਇਆ ਕਿੰਨਾ ਨਹੀਂ ਆਇਆ ਕਿੱਧਰ ਗਿਆ ਕਿੱਧਰ ਨਹੀਂ ਗਿਆ ਸੇਮ ਸੇਮ ਚੀਜ਼ ਹੈ ਕਿ ਜਦੋਂ ਤੁਸੀਂ ਫੈਕਟਰੀਂਗ ਕੰਪਨੀ ਦੇ ਨਾਲ ਮਿਲੇ ਹੋ ਇਹ ਉਹਨਾਂ ਨਾਲ ਕੋਈ ਕਲੈਕਸ਼ਨਸ ਟੀਮ ਹੈ ਉਹ ਕਲੈਕਸ਼ਨਸ ਟੀਮ ਬਸ ਤੁਹਾਡੇ ਹਰ ਇੱਕ ਇਨਵੋਇਸ ਨੂੰ ਪਹਿਲੇ ਤੇ ਉਹ ਉਹਦੇ ਪਿੱਛੇ ਜਾਂਦੀ ਹੈ ਉਹ ਬ੍ਰੋਕਰ ਦੇ ਪਿੱਛੇ ਕਿ ਤੁਸੀਂ ਪੇ ਕਰੋ ਪੇ ਕਰੋ ਪੇ ਕਰੋ ਪਰ ਐਂਡ ਦੇ ਵਿੱਚ ਤੁਹਾਡੀ ਰਿਸਪਾਂਸਿਬਿਲਟੀ ਹੈ ਕਿ ਤੁਸੀਂ ਆਪਣਾ ਅਕਾਊਂਟ ਦੇਖੋ ਕਿ ਕਿੱਥੇ ਪੇ ਕੀਤਾ ਜਾਂ ਨਹੀਂ ਪੇ ਕੀਤਾ ਆ ਜੀ ਹੁਣ ਜੇ ਤੁਹਾਡਾ ਰੀ ਹੈਗਾ ਰੀਕੋਰਸ 90 ਡੇਸ ਰਾਈਟ 90 ਦਿਨ ਦਾ ਰੀਕੋਰਸ ਹੋਏ ਜੀ ਤੇ 60 ਡੇਸ ਦੇ ਵਿੱਚ ਤੁਸੀਂ ਦੇਖਿਆ ਕਿ ਬ੍ਰੋਕਰ ਨੇ ਤੁਹਾਨੂੰ ਪੇ ਨਹੀਂ ਕੀਤਾ राइट right, क्योंकि सब कुछ दिसया गंदा ਤੁਹਾਡੇ ਤੁਸੀਂ ਆਪਣੇ ਲੌਗਇਨ ਵਿੱਚ ਕਰ ਲਓ ਲੌਗਇਨ ਕਰਕੇ ਦੇਖ ਲਓ ਕਿ ਅੱਛਾ ਐ ਬ੍ਰੋਕਨ ਨੇ ਸਾਡ ਨੂੰ ਨਹੀਂ ਪੇ ਕੀਤਾ ਹੁਣ 40 ਦਿਨ ਹੋ ਗਏ ਨੇ ਮੇਰੀ ਜਿਹੜੀ ਹੈਗੀ ਇੱਕ ਕਹ ਦੋ ਕੰਸਲਟੇਸ਼ਨ ਮੈਂ ਕਹ ਦੋ ਜਾਂ ਕਹ ਦੋ ਕਿ ਮਾਈ ਰეკਮੈਂਡੇਸ਼ਨ ਹੈ ਨਾ ਕਿ ਤੁਸੀਂ ਆਪਣੇ ਫੈਕਟਰੀ ਕੰਪਨੀ ਨਾਲ ਮਿਲ ਕੇ ਇੱਕ ਵਾਰੀ ਫੋਨ ਚੁੱਕ ਕੇ ਕਹ ਦੋ ਹਾਂਜੀ 40 ਦਿਨ ਹੋ ਗਏ ਨੇ ਤੁਸੀਂ ਪੈਸੇ ਕਿਉਂ ਨਹੀਂ ਭੇਜੇ ਜੀ ਕਦੀ ਕਦੀ ਉਹ ਜਿਹੜਾ ਹੈਗਾ ਉਹ ਕਰਨਾ ਪੈਂਦਾ ਵੇ ਰਾਈਟ ਕਿਉਂਕਿ ਉਹ ਬ੍ਰੋਕਰ ਜਿਹੜਾ ਉਹਨੂੰ ਥੋੜਾ ਜਿਹਾ ਡਰ ਇਹ ਵੀ ਲੱਗ ਜਾਂਦਾ ਵੇ ਕਿ ਓਕੇ ਜਿਹੜਾ ਹੈਗਾ ਇਸ ਕੰਪਨੀ ਦਾ ਓਨਰ ਮਾਲਕ ਐਨੂੰ ਪਤਾ ਹੈ ਕੀ ਕੀ ਚੱਲਦਾ ਪਿਆ ਵੇ ਜੀ ਇਹ ਜਿਹੜੀ ਫੈਕਟਰੀਂਗ ਕੰਪਨੀ ਹੈ ਦੇ ਨਾਲ ਕਮਿਊਨੀਕੇਟ ਕਰਦੀ ਪਈਏ ਅਸੀਂ ਭੇਜਦੇ ਹੀ ਹੈ ਨੀਤੇ ਸਾਡਾ ਲੋਡ ਅਗਲੀ ਵਾਰੀ ਨਹੀਂ ਚੁਕੇਗਾ ਅਨੇ ਸਵਾਲ ਇਹੀ ਸੀ ਕਿ ਜਿਵੇਂ ਆਪਾਂ ਗੱਲ ਕਰੀਦੀ ਹਮੇਸ਼ਾ ਕਿ ਤੁਹਾਨੂੰ ਵੇਟ ਕਰਨ ਦੀ ਲੋੜ ਨਹੀਂ ਤੀ ਜਾਂ 90 ਦਿਨ ਤੁਸੀਂ ਆਪਣੀ ਇਨਵੋਇਸ ਲਿਆਓ ਤੇ ਇੱਕ ਦੋ ਦਿਨ ਚ ਪੈਸੇ ਤੁਹਾਡੇ ਅਕਾਊਂਟ ਚ ਪਹੁੰਚ ਜਾਣਗੇ ਉਹਦੀ ਮੈਂ ਗੱਲ ਕਰਦਾ ਸੀ ਕਿ ਜੇ ਤੁਹਾਨੂੰ ਮਤਲਬ ਅੱਗੇ ਉਹ 90 ਦਿਨ ਚ ਵੀ ਨਹੀਂ ਪੇਮੈਂਟ ਮਿਲਦੀ ਜੇ 90 ਦਿਨ ਦੀ ਗੱਲ ਕਰਦੇ ਆ ਤੇ ਤਾਂ ਮਤਲਬ ਉਹ ਕਲਾਇੰਟ ਕਿੱਥੇ ਖੜਾ ਜਿਹੜਾ ਤੁਹਾਡੇ ਨਾਲ ਜੁੜਿਆ ਹੋਇਆ ਦੇਖੋ ਮਤਲਬ ਤੁਸੀਂ ਤੁਸੀਂ ਉਹਨੂੰ ਪੈਸੇ ਦੇ ਦਿੱਤੇ ਜੋ ਕਟ ਕਟਾ ਕੇ ਕਰਨਾ ਕਰਾਉਣਾ ਅਸੀਂ ਕਰਤਾ ਜੀ ਹੋ ਗਿਆ ਤੇ ਉਸ ਤੋਂ ਬਾਅਦ ਤੁਹਾਡਾ ਅੱਗੇ ਕੋਈ ਪੇਚਾ ਪੈ ਗਿਆ ਹਾਂਜੀ ਕੀ ਸਵਾਲ ਸੀ ਤੇ ਉਹ ਫਿਰ ਫਿਰ ਉਹ ਬੰਦਾ ਕਿੱਥੇ ਖੜਾ ਜਿੰਨੇ ਤੁਹਾਡਾ ਨਾਮ انرੋਲ ਕੀਤਾ ਦੇਖੋ 90 ਦਿਨ ਤੋਂ ਬਾਅਦ ਜੇ ਬ੍ਰੋਕਰ ਨੇ ਪੈਸੇ ਨਹੀਂ ਭੇਜੇ ਫਿਰ ਜਦੋਂ ਫਿਰਤੇ ਅਸੀਂ ਚਾਰਜ ਬੈਕ ਕਰਨਾ ਹੀ ਪੈਂਦਾ ਵੈ ਚਾਰਜ ਬੈਕ ਦਾ ਮਤਲਬ ਹੈਗਾ ਵੇ ਕਿ ਅਸੀਂ ਜਿਹੜਾ ਪੈਸਾ ਤੁਹਾਨੂੰ ਦਿੱਤਾ ਉਹ ਕਲੈਕਟ ਕਰਦੇ ਆ ਵਾਪਸ ਜੀ ਹੈਨਾ ਸੋ ਉਹ ਤੇ ਹਰ ਫੈਕਟਰੀਂਗ ਕੰਪਨੀ ਦੇ ਵਿੱਚ ਹੈਗਾ ਵੈ ਚੇ ਉਹ ਕੇ ਐਂਡ ਰੀਕਵਰਸ ਹੋਇਆ ਜਾਂ ਨਾਨ ਰੀਕਵਰਸ ਉਹ ਚਾਰਜ ਬੈਕ ਤੁਹਾਨੂੰ ਜ਼ਰੂਰ ਕਰਨਗੇ ਪਛੇਤੋਂ ਤੋ ਬਾਦਿਆ 60 ਡੇ ਤੋਂ ਬਾਅਦ ਜੋ ਵੀ ਤੁਹਾਡੇ ਕੰਟਰੈਕਟ ਦੇ ਵਿੱਚ ਲਿਖਿਆ ਆ ਸੋ ਥੋੜਾ ਜਿਹਾ ਵੀ ਧਿਆਨ ਦੇਣਾ ਪਏਗਾ ਕਿ ਜਿਹੜਾ ਕੰਟਰੈਕਟ ਹੈ 90 ਦਿਨ ਦਾ ਰੀਕੋਰਸ ਹੈ ਜਾਂ ਯੂ ਨੋ ਯੂ ਨੋ 40 ਦਿਨ ਦਾ ਰੀਕੋਰਸ ਹੈ 30 ਦਿਨ ਦਾ ਰੀਕੋਰਸ ਹੈ ਇਹ ਸਾਰੀਆਂ ਚੀਜ਼ਾਂ ਨਾ ਥੋੜੀ ਜਿਹੀ ਧਿਆਨ ਰੱਖ ਕੇ ਕੰਟਰੈਕਟ ਸਾਈਨ ਕਰਨਾ ਪੈਂਦਾ ਹੈ ਜੀ ਬਿਲਕੁਲ ਇਹਦਾ ਮਤਲਬ ਬਹੁਤ ਸਾਰੀਆਂ ਬਰੀਕੀਆਂ ਜਿਹੜੀਆਂ ਹਰ ਕੰਮ ਦੇ ਵਿੱਚ ਹੁੰਦੀਆਂ ਤੇ ਇਸ ਕੰਮ ਦੇ ਵਿੱਚ ਵੀ ਬਹੁਤ ਸਾਰੀਆਂ ਬਰੀਕੀਆਂ ਹੈਗੀਆਂ ਨੇ ਇਹਨਾਂ ਦਾ ਸਾਨੂੰ ਧਿਆਨ ਰੱਖਣ ਦੀ ਲੋੜ ਹੈਗੀ ਆ ਔਰ ਅਸੀਂ ਇਹੀ ਅਵੇਅਰ ਕਰਨ ਵਾਸਤੇ ਔਰ ਮੈਚੀਜ਼ ਦੇ ਨੋਟ ਕੀਤੀ ਜਿੰਦਦਰ ਜੀ ਤੁਹਾਡਾ ਪਹਿਲਾਂ ਵੀ ਗੱਲ ਕਰਦੇ ਆ ਕਿ ਬਹੁਤ ਸਾਰੀਆਂ ਚੀਜ਼ਾਂ ਦਾ ਪੰਜਾਬੀਆਂ ਨੂੰ ਪਤਾ ਨਹੀਂ ਅਸੀਂ ਕਿਉਂਕਿ ਵਿਚਰਵਰੀ ਦੇ ਮਾਰਕੀਟ ਦੇ ਵਿੱਚ ਜਿਵੇਂ ਅਸੀਂ ਗੱਲ ਕਰੀ ਦੀ ਇੰਸ਼ੋਰੈਂਸ ਦੀ ਗੱਲ ਕਰੀ ਦੀ ਪੈਸਾ ਕਾਫੀ ਬਚ ਜਾਂਦਾ ਡਿਸਕਾਊਂਟਡ ਫਿਊਲ ਕਾਰਡ ਦੀ ਗੱਲ ਕਰੀ ਦੀ ਤੇ ਬਹੁਤ ਸਾਰੇ ਲੋਕ ਥੋੜੇ ਬਹੁਤ ਪੈਸੇ ਮਿਲਦੇ ਤੇ ਉਹਨੇ ਜੀ ਕਹਿੰਦੇ ਜੀ ਬਹੁਤ ਵਧੀਆ ਹੋ ਗਿਆ ਸਾਨੂੰ ਪਰ ਅਸੀਂ ਇਸ ਪ੍ਰੋਬਲਮ ਦੇ ਵਿੱਚ ਕੋਸ਼ਿਸ਼ ਕਰੀ ਦੀ ਹੈ ਕਿ ਬਹੁਤ ਸਾਰਾ ਨਵਾਂ ਜਿਹੜਾ ਕੋਈ ਹੈਗਾ ਗਿਆਨ ਟਰਕਿੰਗ ਡਸ ਨਸ ਮੰਦਰ ਉਹ ਤੁਹਾਨੂੰ ਦਿਵਾਈਏ ਬ੍ਰੇਕ ਤੋਂ ਬਾਅਦ ਫਿਰ ਇਸੇ ਤਰ੍ਹਾਂ ਗੱਲਬਾਤ ਕਰਾਂਗੇ ਜੀ ਆਪਾਂ ਦਵਿੰਦਰ ਸਿੰਘ ਜੀ ਦੇ ਨਾਲ ਕੈਂਪਸ ਤੋਂ ਤੇ ਫਿਲਹਾਲ ਇੱਕ ਬ੍ਰੇਕ ਲੈਣਿਆ ਦੇਖਦੇ ਰਹੋ ਜੱਸ ਪੰਜਾਬ ਬ੍ਰੇਕ ਤੋਂ ਬਾਅਦ ਮੈਂ ਹਾਜ਼ਰਾਂ ਜੀ ਇੱਕ ਵਾਰ ਫਿਰ ਜਗਤਾਰ ਸਿੰਘ ਜਗੀ ਦਵਿੰਦਰ ਸਿੰਘ ਜੀ ਸਾਡੇ ਮਹਿਮਾਨ ਨੇ ਕੈਲੀਫੋਰਨੀਆ ਸਟੂਡੀਓ ਦੇ ਵਿੱਚ ਤੇ ਗੱਲਬਾਤ ਚੱਲ ਰਹੀ ਹੈ ਟਰਕਿੰਗ ਇੰਡਸਟਰੀ ਦੇ ਨਾਲ ਸੰਬੰਧਿਤ ਫੈਕਟਰੀਂਗ ਦੀ ਇੰਸ਼ੋਰੈਂਸ ਦੀ ਫਿਊਲ ਕਾਰਡ ਦੀ ਜਾਂ ਫਿਰ ਹੋਰ ਮੁੱਖ ਦੀ ਗੱਲ ਕੇਸ ਬੋਨ ਦੀ ਟਰਕਿੰਗ ਇੰਡਸਟਰੀ ਨਾਲ ਸੰਬੰਧਤ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੀ ਜਾਣਕਾਰੀ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰੀਦੀ ਹੈ। ਨਵਿੰਦਰ ਸਿੰਘ ਜੀ ਇੱਕ ਵਾਰ ਫਿਰ ਬਹੁਤ-ਬਹੁਤ ਸਵਾਗਤ ਤੇ ਧੰਨਵਾਦ ਤੁਹਾਡਾ ਕਿ ਤੁਸੀਂ ਸਾਡੇ ਨਾਲ ਜੁੜਦੇ ਹੋ। ਇਹ ਇਨੀਆਂ ਬਰੀਕੀਆਂ ਜਿਹੜੀਆਂ ਆਪਾਂ ਗੱਲ ਕਰਦੇ ਹੈਗੇ ਇਹਦੇ ਵਿੱਚ ਹੈਗੀਆਂ ਨੇ। ਤੇ ਇਹਦੇ ਵਿੱਚ ਅਵੇਅਰ ਕਿਉਂ ਨਹੀਂ ਹੈਗੇ ਸਾਡੀ ਪੰਜਾਬੀ ਕਮਿਊਨਿਟੀ ਦੀ ਖਾਸ ਤੌਰ ਤੇ ਗੱਲ ਕਰੀਏ ਕਿਉਂ ਅਸੀਂ ਜਿਹੜੇ ਹੈਗੇ ਨੇ ਮੈਂ ਵੀ ਵਿੱਚੇ ਆ ਜੰਨਾ ਵੀ ਅਸੀਂ ਜ਼ਿਆਦਾ ਘੋਕ ਪੜਤਾਲ ਨਹੀਂ ਕਰਦੇ ਵੀ ਚੱਲ ਯਾਰ ਕੋਈ ਨਹੀਂ ਠੀਕ ਹੀ ਹੋਣਾ। ਤੇ ਬਾਅਦ ਜਦੋਂ ਪੰਗਾ ਪੈਂਦਾ ਤੇ ਉਦੋਂ ਫਿਰ ਬਹੁਤ ਦੂਰ ਤੱਕ ਜਾਣ ਦੀ ਲੋੜ ਪੈਂਦੀ ਹੈ ਕਿਉਂ ਨਹੀਂ ਅਸੀਂ ਪਹਿਲਾਂ ਧਿਆਨ ਦਿੰਦੇ ਕੀ ਲੱਗਦਾ ਤੁਹਾਨੂੰ ਦੇਖੋ ਮੋਸਟਲੀ ਜਿਹੜੇ ਆਂਦੇ ਨੇ ਨਾ ਪੰਜਾਬ ਤੋਂ ਜਾਂ ਜਿਹੜੇ ਵੀ ਸ਼ੁਰੂ ਕਰਦੇ ਨੇ ਟਰੱਕਿੰਗ ਦੇ ਵਿੱਚ ਉਹ ਪਹਿਲੇ ਡਰਾਈਵ ਕਰਦੇ ਨੇ ਡਰਾਈਵਰ ਬਣ ਕੇ ਜੀ ਡਰਾਈਵਰ ਜੋ ਹੈਗਾ ਵੇ ਉਹਨੂੰ ਉਹਦੀ ਜਿਹੜੀ ਰਿਸਪੌਂਸਿਬਿਲਟੀਜ਼ ਨੇ ਇੱਕ ਚੀਜ਼ ਹੈ ਤੇ ਜਦੋਂ ਤੁਸੀਂ ਬਿਜ਼ਨਸ ਸ਼ੁਰੂ ਕਰਦੇ ਹੋ ਤੇ ਬਿਜ਼ਨਸ ਓਨਰ ਬਣ ਜਾਂਦੇ ਹੋ ਫਿਰ ਜਿਹੜੀ ਸੋਚ ਹੈ ਤੁਹਾਨੂੰ ਬਿਜ਼ਨਸ ਓਨਰ ਦੀ ਸੋਚ ਉਹ ਦੇ ਵਿੱਚ ਬਦਲਣਾ ਪੈਂਦਾ ਵੇ ਤੇ ਕਈਆਂ ਨੂੰ ਨਹੀਂ ਪਤਾ ਹੁੰਦਾ ਕਿ ਕਿਹੜੀਆਂ ਪਿਟਫਾਲਸ ਹੈਗੀਆਂ ਨੇ ਜਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਹਾਨੂੰ ਖਤਰੇ 'ਚ ਪਾ ਸਕਦੀਆਂ ਨੇ ਜੀ ਮਤਲਬ ਸੋਚ ਵੀ ਬਦਲਨੀ ਪੈਗੀ ਤੇ ਰਿਸਪੌਂਸਿਬਿਲਟੀਆਂ ਵੀ ਬਦਲ ਪੈਣਗੀਆਂ ਜੀ ਬਿਲਕੁਲ ਜਿਹੜੀਆਂ ਚੀਜ਼ਾਂ ਤੋਂ ਅਸੀਂ ਪਹਿਲਾਂ ਅਵੇਅਰ ਨਹੀਂ ਹੁੰਦੇ ਤੇ ਅਸੀਂ ਕੰਪਾਸ ਦੀ ਗੱਲ ਕਰੀਏ ਤੇ ਕੰਪਾਸ ਬਹੁਤ ਲੰਬੇ ਸਮੇਂ ਤੋਂ ਸਾਰੀ ਫੈਕਟਰੀਿੰਗ ਦੀ ਗੱਲ ਕਰ ਲਈਏ ਇੰਸ਼ੋਰੈਂਸ ਦੀ ਗੱਲ ਕਰ ਲਈਏ ਇਹ ਗੱਲ ਕਰਦੇ ਆ ਰਹੇ ਆਂ ਤੇ ਇਹਦੇ 'ਚ ਇੰਸ਼ੋਰੈਂਸ ਦੀ ਅਸੀਂ ਬਾਰ-ਬਾਰ ਗੱਲ ਕਰੀਦੀ ਹੈ ਹਾਂਜੀ ਕਿਉਂਕਿ ਅਸੀਂ ਜਿੱਥੇ ਵੀ ਜਾਈਏ ਉੱਥੇ ਵੀ ਜਦੋਂ ਜ਼ਿਕਰ ਕਰੀਦਾ ਇੰਸ਼ੋਰੈਂਸ ਦਾ ਹਰ ਬੰਦਾ ਕਹਿੰਦਾ ਹੈ ਵੀ ਭਾਜੀ ਇੰਸ਼ੋਰੈਂਸ ਟਰੱਕ ਦੀ ਬਹੁਤ ਪੈਂਦੀ ਹੈ ਜਦੋਂ ਪਿੱਛੇ ਜੇ 2008 ਦੇ ਵਿੱਚ ਸ਼ਾਇਦ ਜੇ 2019 ਦੇ ਵਿੱਚ ਵੀ ਹਾਂਜੀ ਟਰਕਿੰਗ ਇੰਡਸਟਰੀ ਬਹੁਤ ਕਾਫੀ ਡਾਊਨ ਹੋ ਗਈ ਸੀ ਜੀ ਜੀ ਤੇ ਇੰਸ਼ੋਰੈਂਸ ਪੈ ਰਹੀ ਸੀ ਤੇ ਉਦੋਂ ਫਿਰ ਬ੍ਰੋਕਰ ਜੇ ਕੋਈ 1000 1200 ਵਾਲਾ ਲੋਡ ਹੈਗਾ ਉਹ ਕਹਿੰਦਾ ਸੀ ਵੀ 250 ਦੇਣਾ ਮੈਂ ਤਾਂ ਹਾਂਜੀ ਤੇ ਬੰਦਾ 250 ਦਾ ਲੋਡ ਵੀ ਲੈਣ ਚੱਲ ਜਾਂਦਾ ਸੀ ਵੀ ਕੱਟੋ-ਕੱਟ ਯਾਰ ਹੋਰ ਨਹੀਂ ਤਾਂ ਇੰਸ਼ੋਰੈਂਸ ਵਗੈਰਾ ਦੇ ਪੈਸੇ ਇਕੱਠੇ ਹੋਣ ਜਾਂ ਕੱਟ-ਕੱਟ ਟਰ ਕਿਆਲਦਾ ਰਵੇ ਹਾਂਜੀ ਉਦੋਂ ਇਹ ਨੌਬਤ ਆਈ ਸੀ ਬਹੁਤ ਸਾਰੇ ਲੋਕਾਂ ਨੇ ਇਹਦਾ ਲਾਹਾ ਲਿਆ ਬਹੁਤ ਸਾਰੇ ਲੋਕਾਂ ਨੇ ਫਾਇਦਾ ਇਹਦਾ ਚੱਕਿਆ ਹਾਂਜੀ ਤੇ ਇੰਸ਼ੋਰੈਂਸ ਦੀ ਅਸੀਂ ਗੱਲ ਕਰੀਦੀ ਜਿਵੇਂ ਤੁਹਾਡੀ ਇੰਸ਼ੋਰੈਂਸ ਦੀ ਗੱਲ ਕਰਦੇ ਆ ਉਹਦੇ 'ਚ ਤੁਹਾਨੂੰ ਇਸ ਤਰ੍ਹਾਂ ਦੀ ਜ਼ਰੂਰਤ ਹੈ ਨਹੀਂ ਕਿ ਜੇ ਤੁਹਾਡਾ ਲੋਡ ਨਹੀਂ ਲੱਗਦਾ ਟਰੱਕ ਖੜਾ ਵੀ ਇੰਸ਼ੋਰੈਂਸ ਦੇਣ ਦੀ ਲੋੜ ਨਹੀਂ ਹੈਗੀ ਤੇ ਉਹਦੀ ਕੀ ਖਾਸियत ਹੈਗੀ ਕਿਹੜੀ ਹੈ ਉਹ ਦੇਖੋ ਕੰਪਾਸ ਦਾ ਇੱਕ ਪ੍ਰੋਗਰਾਮ ਹੈਗਾ ਜਿਹਨੂੰ ਅਸੀਂ ਕਹਿੰਦੇ ਆ ਆਰ ਆਰ ਜੀ ਰਿਸਕ ਰੈਟੈਂਸ਼ਨ ਗਰੁੱਪ ਹੋਣ ਜਿਵੇਂ ਤੁਸੀਂ ਹੁਣ ਦੱਸਿਆ ਹੋਵੇ ਜਿਹੜਾ ਓਪਨ ਮਾਰਕੀਟ ਇੰਸ਼ੋਰੈਂਸ ਹੁੰਦਾ ਵੇ ਜੀ ਤੁਸੀਂ ਕੋ ਪ੍ਰੋਗਰੈਸਿਵ ਯਾ ਕੋਈ ਐਂਸ਼ੂਰੈਂਸ ਹੋਏ ਰਾਈਟ ਜੀ ਇਹਨਾਂ ਦਾ ਜਿਹੜਾ ਇੰਸ਼ੋਰੈਂਸ ਹੈ ਤੁਹਾਡਾ ਜਿਹੜਾ ਪ੍ਰੀਮੀਅਮ ਹੈ ਉਹ ਇੱਕੋ ਹੀ ਪ੍ਰੀਮੀਅਮ ਸੈੱਟ ਹੁੰਦਾ ਵੇ ਹਰ ਮਹੀਨਾ ਤੁਹਾਨੂੰ ਦੇਣਾ ਦੇਣਾ ਉਹਨਾਂ ਦੇਣਾ ਪੈਣਾ ਟਰੱਕ ਚੱਲੇ ਨਾ ਚੱਲੇ ਐਗਜ਼ੈਕਟਲੀ ਜੀ ਜੀ ਗੱਲ ਸਹੀ ਤੇ ਜਿਹੜਾ ਹੁਣ ਕੰਪਸਟਾ ਹੈਗਾ ਹੈ ਆਰ ਆਰ ਜੀ ਰਿਸਕ ਟੈਂਸ਼ਨ ਉਹ ਬੇਸਡ ਹੈਗਾ ਤੁਹਾਡੇ ਗ੍ਰੋਥ ਦੇ ਉੱਤੇ ਹਮ ਤੇ ਸੋ ਜੇ ਤੁਸੀਂ ਘੱਟ ਚਲਾਓਗੇ ਉਹਦਾ ਪ੍ਰੀਮੀਅਮ ਜਿਹੜਾ ਹੈਗਾ ਉਹ ਵੀ ਤਾਂ ਨੂੰ ਘੱਟ ਦੇਣਾ ਪਏਗਾ ਜੇ ਤੁਸੀਂ ਤੁਹਾਡਾ ਟਰੱਕ ਖੜਾ ਹੋਵੇ ਉਹਦਾ ਇੱਕ ਅਸੀਂ ਬੇਸ ਪ੍ਰੀਮੀਅਮ ਬਣਾਇਆ ਹੋਇਆ ਹੋਵੇ ਅਸੀਂ ਜ਼ੀਰੋ ਤੇ ਨਹੀਂ ਕਰ ਸਕਦੇ ਨਹੀਂ ਤੇ ਕਵਰੇਜ ਵੀ ਦੇਣੀ ਪੈਂਦੀ ਹੈ ਨਾ ਕਿਤੇ ਕੋਈ ਟਰੱਕ ਖੜਾ ਹੋਏ ਤੇ ਕੋਈ ਤੁਹਾਡੇ ਟਰੱਕ ਨੂੰ ਮਾਰ ਦੇ ਰਾਈਟ ਉਹਦਾ ਵੀ ਅਸੀਂ ਫਿਰ ਹੱਲ ਲੱਭਣਾ ਪੈਂਦਾ ਸੋ ਉਹ ਜਿਹੜਾ ਪ੍ਰੀਮੀਅਮ ਹੈ ਉਹ ਘਟਾ ਦਿੰਦੇ ਆ ਪਰ ਉਹ ਉਹਦਾ ਬੇਸ ਜਿਹੜਾ ਹੈਗਾ ਉਹ ਤੁਹਾਡੇ ਗ੍ਰੋਥ ਦੇ ਉੱਤੇ ਬੇਸ ਹੁੰਦਾ ਵੇ ਸੋ ਜਿਹੜੇ ਆਰ ਆਰ ਜੀ ਦੇ ਵਿੱਚ ਆਉਂਦੇ ਨੇ ਸਾਡੇ ਆਰ ਆਰ ਜੀ ਇੰਸ਼ੋਰੈਂਸ ਵਿੱਚ ਅਸੀਂ ਇਹ ਵੀ ਕਹਿੰਦੇ ਆ ਕਿ ਸਾਡਾ ਜਿਹੜਾ ਫੈਕਟਰੀਂਗ ਉਹ ਹੈਗਾ ਨਾ ਐਗਰੀਮੈਂਟ ਤੁਸੀਂ ਫੈਕਟਰੀਂਗ ਤੁਹਾਨੂੰ ਲੈਣੀ ਪੈਗੀ ਨਾਲ ਇੰਸ਼ੋਰੈਂਸ ਕਿਉਂਕਿ ਅਸੀਂ ਗਰੋਥ ਕਿਵੇਂ ਪਤਾ ਕਰਾਗੇ ਉਹ ਫੈਕਟਰੀਂਗ ਦੇ ਥਰੂ ਅਸੀਂ ਪਤਾ ਕਰਾਗੇ ਅੱਛਾ ਮਤਲਬ ਇਹ ਹੈ ਕਿ ਜੇ ਤੁਹਾਨੂੰ ਇੰਸ਼ੋਰੈਂਸ ਕੋ ਲੈਂਦਾ ਤਾਂ ਫੈਕਟਰੀਂਗ ਵੀ ਨਾਲ ਲੈਣੀ ਪਵੇ ਹਾਂਜੀ ਹਾਂਜੀ ਤੇ ਜਿਹੜਾ ਫਿਊਲ ਕਾਰਡ ਉਹ ਵੀ ਸੇਮ ਹੈ ਜਾਂ ਫਿਊਲ ਕਾਰਡ ਕੱਲਾ ਵੀ ਲੈ ਸਕਦੇ ਆ ਜਾਂ ਫੈਕਟਰੀਂਗ ਕਰਨਗੇ ਜਾਂ ਇੰਸ਼ੋਰੈਂਸ ਲੈਣਗੇ ਤਾਂ ਹੀ ਫਿਊਲ ਕਾਰਡ ਮਿਲਦਾ ਫਿਊਲ ਕਾਰਡ ਤੁਸੀਂ ਕੱਲਾ ਵੀ ਲੈ ਸਕਦੇ ਹੋ ਬਟ ਜੇ ਤੁਸੀਂ ਸਾਡੇ ਨਾਲ ਫੈਕਟਰੀਂਗ ਵੀ ਕਰ ਰਹੇ ਹੋ ਤੇ ਅਸੀਂ ਤਾਂ ਜਿਹੜਾ ਡਿਸਕਾਊਂਟ ਇਹਨਾਂ ਥੋੜਾ ਵੱਧ ਦਿੰਦੇ ਆ। ਅੱਛਾ ਫਰਕ ਪੈ ਜਾਂਦਾ। ਹਾਂਜੀ ਜਿੰਨੇ ਤੁਸੀਂ ਫੈਸਿਲਿਟੀਆਂ ਤੁਸੀਂ ਕੰਪਾਸ ਤੇ ਥਰੂ ਲਵੋਗੇ ਜੇ ਤੁਸੀਂ ਇੰਸ਼ੋਰੈਂਸ ਵੀ ਲੈ ਰਹੇ ਹੋ, ਫੈਕਟਰੀਂਗ ਵੀ ਲੈ ਰਹੇ ਹੋ ਤੇ ਫਿਊਲ ਕਾਰਡ ਵੀ ਸਾਰੇ ਤਿੰਨਾਂ ਦੇ ਤੁਹਾਨੂੰ ਵੱਧ ਤੋਂ ਵੱਧ ਜਿਹੜਾ ਸੇਵਿੰਗਸ ਹੈ ਉਹ ਮਿਲਣਗੀ। ਮੱਕਦੀ ਗੱਲ ਤੇ ਇਹ ਹੈ ਜੀ ਜਿਵੇਂ ਅਸੀਂ ਵੈਸੇ ਵੀ ਦੁਕਾਨਾਂ ਦੀ ਗੱਲ ਕਰ ਲਈ ਜਾਂ ਵੱਡੇ ਵੱਡੇ ਸਟੋਰਾਂ ਦੀ ਗੱਲ ਕਰ ਲਈਏ। ਇੱਕ ਸੇਲ ਟਾਈਪ ਹੁੰਦੀ ਆ ਵੀ ਦੋ ਚੀਜ਼ਾਂ ਲਓਗੇ ਤੀਜੀ ਫ੍ਰੀ। ਇਹ ਹੋ ਸਕਦਾ ਵੀ ਫੈਕਟਰੀਂਗ ਕਰਾਓ, ਇੰਸ਼ੋਰੈਂਸ ਕਰਾਓ ਤੇ ਫਿਊਲ ਕਾਰਡ ਤੁਹਾਨੂੰ ਨਾਲ ਹੋਰ ਜਿਆਦਾ ਡਿਸਕਾਊਂਟ ਮਿਲਦਾ ਹੈ ਐਗਜ਼ੈਕਟਲੀ ਹਾਂਜੀ ਇਹ ਚੀਜ਼ ਹੈਗੀ ਹੈ ਬਿਲਕੁਲ ਤੇ ਕਿੰਨੇ ਕੁ ਲੋਕ ਹੈਗੇ ਨੇ ਜੀ ਜਿਹੜੇ ਤਕਰੀਬਨ ਤਕਰੀਬਨ ਫੈਕਟਰੀਂਗ ਦੇ ਵੱਲ ਧਿਆਨ ਦੇਦੇ ਨੇ ਖਾਸ ਤੌਰ ਤੇ ਕੰਪਸ ਦੇ ਨਾਲ ਕਿੰਨੇ ਇੱਕ ਬਹੁਤ ਜਿਆਦਾ ਲੋਕ ਜੁੜੇ ਹੋਏ ਨੇ ਬਹੁਤ ਜਿਆਦਾ ਜੁੜੇ ਹੋਏ ਨੇ ਤੇ ਹੋਰ ਜੁੜਦੇ ਪਏ ਨੇ ਇਸ ਪਿਛਲੇ ਸਾਲ 2020 ਦੇ ਵਿੱਚ ਸੀ ਇੰਨੇ ਬੰਦੇ ਐਡ ਕੀਤੇ ਜੀ ਇਹਨਾਂ ਨੂੰ ਫੈਕਟਰੀਂਗ ਚਾਹੀਦੀ ਸੀ ਕਿ ਪਤਾ ਨਹੀਂ ਹੁਣ ਸਰਦੀ ਜਿਹੜੀ ਬੁੱਕ ਆਫ ਕਲਾਇੰਟ ਲੈ ਕਿੰਨੀ ਵੱਡੀ ਹੋ ਗਈ ਐ ਸਗੋਂ ਸਾਡੀ ਜਿਹੜੀ ਸਟਾਫ ਐ ਉਹਨਾਂ ਨੂੰ ਵਿਧਾਣਾ ਪਿਆ ਸਾਡੇ ਜਿਹੜੇ ਕਲੈਕਸ਼ਨਸ ਡਿਵੀਜ਼ਨਸ ਦੇ ਉਹਨਾਂ ਨੂੰ ਵੀ ਹੋਰ ਹਾਇਰ ਕਰਨੇ ਪਏ ਮੈਂ ਤੇ ਉਹਨਾਂ ਆਪਣੀ ਸੇਲਸ ਟੀਮ ਨੂੰ ਵੀ ਹੁਣ ਵਿਧਾਰਿਆ ਵਾ ਕਿਉਂਕਿ ਜਿਹੜੇ ਸਾਡੇ ਪੰਜਾਬੀ ਨੇ ਹੌਲੀ 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 ਵਾਲੇ ਉਹਨਾਂ ਨੂੰ ਪਤਾ ਲੱਗ ਰਿਹਾ ਵੇ ਕਿ ਜਿਹੜੀ ਕੰਪਨਸ ਐ ਕੰਪਨਸ ਇੱਕ ਤੇ ਜਿਹੜੀ ਪੰਜਾਬੀਆ ਦੀ ਇੱਕ ਤੇ ਅਸੀਂ ਉਹਨਾਂ ਦੀ ਭਾਸ਼ਾ ਵੀ ਬੋਲਦੇ ਆ ਨਾ ਉਹਨਾਂ ਦਾ ਅਸੀਂ ਤੁਹਾਡਾ ਖਿਆਲ ਵੀ ਰੱਖਦੇ ਆ ਅਸੀਂ ਇਸ ਕਈ ਕੰਪਨੀਆਂ ਆਂਦੀਆਂ ਨੇ ਸਾਡੇ ਨਾਲ ਫੈਕਟਰ ਕਰੋ ਥੈਂਕ ਯੂ ਤੁਸੀਂ ਸਾਈਨ ਕੀਤਾ ਪੈਸੇ ਮਿਲ ਗਏ ਭੱਜ ਜਾਂਦੇ ਨੇ ਹੈਨਾ ਪਰ ਅਸੀਂ ਆਂਦੇ ਰਹਿੰਦੇ ਆ ਤੁਸੀਂ ਜਦੋਂ ਕੰਪਾਸ ਦੇ ਨਾਲ ਫੈਕਟਰੀਂਗ ਕਰਦੇ ਹੋ ਜਾਂ ਫਿਊਲ ਕਾਰਡ ਲੈਂਦੇ ਹੋ ਜਾਂ ਇੰਸ਼ੋਰੈਂਸ ਜੋ ਵੀ ਕਰਦੇ ਹੋ ਤੁਸੀਂ ਕਲਾਇੰਟ ਨਹੀਂ ਰਹਿੰਦੇ ਸਾਡੇ ਜੀ ਤੁਸੀਂ ਸਮਝੋ ਕਿ ਤੁਸੀਂ ਸਾਡੀ ਫੈਮਿਲੀ ਦੇ ਵਿੱਚ ਆ ਗਏ ਜੀ ਜੀ ਇਕ ਵਾਰ ਜਿਵੇਂ ਦੇਖਿਆ ਸੀ ਤੁਹਾਡਾ ਬਹੁਤ ਵੱਡਾ ਆਫਿਸ ਹੈਗਾ ਬਹੁਤ ਵੱਡੀ ਬਿਲਡਿੰਗ ਤੁਹਾਡੀ ਕੱਲੀ ਜਿਸ ਕੰਪਨਸ ਫੰਡਿੰਗ ਦੀ ਗੱਲ ਕਰੀਏ ਹਾਂਜੀ ਤੇ ਮੇਰੇ ਖਿਆਲ ਸਟਾਫ ਵੀ ਬਹੁਤ ਜ਼ਿਆਦਾ ਹੋਏਗਾ ਤੇ ਇੰਨਾ ਸਟਾਫ ਦੀ ਜ਼ਰੂਰਤ ਹੈ ਮਤਲਬ ਇੰਨੇ ਜ਼ਿਆਦਾ ਕੰਮ ਕਰ ਹੈ ਮੇਰੇ ਖਿਆਲ ਦੇ ਮੇਰੇ 1.200 ਸਟਾਫ ਹੋਏਗਾ ਤੁਹਾਡਾ ਉਥੇ ਹਾਂਜੀ ਸਟਾਫ ਤੇ ਹੈ ਤੇ ਕਈ 4 ਫਲੋਰ ਨੇ 4 ਫਲੋਰਾਂ ਦੇ ਉੱਪਰ ਹੀ 4 ਫਲੋਰ 4 ਫਲੋਰ ਨੇ ਸਟਾਫ ਵੀ ਬਹੁਤ ਹੈ ਤੇ ਦੇਖੋ ਅਸੀਂ ਗਰੋ ਕਰਦੇ ਰਹਿੰਦੇ ਆ ਵਧਦੇ ਰਹਿੰਦੇ ਆ ਕਿਉਂਕਿ ਇਹ ਜਿਹੜੀ ਫੈਕਟਰੀਿੰਗ ਦੀ ਲੋੜ ਹੈ ਫਾਈਨਾਂਸਿੰਗ ਦੀ ਲੋੜ ਹੈ ਇੰਸ਼ੋਰੈਂਸ ਦੀ ਲੋੜ ਹੈ ਇਹ ਬਸ ਵਧਦੀ ਜਾਂਦੀ ਹੈ ਕਿਉਂਕਿ ਹੁਣ ਦੇਖੋ 2021 ਦੇ ਵਿੱਚ ਟਰੱਕਿੰਗ ਦਾ ਕੀ ਹਾਲ ਹੈ ਰਾਈਟ ਰੇਟ ਕਿੰਨੇ ਹੁਣ ਵਧ ਚੁੱਕੇ ਨੇ ਸਾਰੇ ਟਰੱਕਿੰਗ ਦੇ ਵਿੱਚ ਆਂਦੇ ਪਏ ਨੇ ਸੋ ਕਿੰਨੇ 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 ਨਵੀਆਂ ਕੰਪਨੀਆਂ ਜਿਹੜੀਆਂ ਆ ਰਹੀਆਂ ਨੇ ਉਹਨਾਂ ਨੂੰ ਫੈਕਟਰੀਿੰਗ ਜਾਂ ਫੈਸਿਲਿਟੀਆਂ ਜਿਹੜੀ ਅਸੀਂ ਪ੍ਰੋਵਾਈਡ ਕਰਦੇ ਆ ਚਾਹੀਦੀਆਂ ਨੇ ਤੇ ਇਹ ਕੋਵਿਡ ਦੇ ਦੌਰਾਨ ਤੁਹਾਡੇ ਕੰਮ ਤੇ ਕੋਈ ਫਰਕ ਪਿਆ ਹੁਣ ਤਾਂ ਖੈਰ ਕੋਵਿਡ ਖੁੱਲ ਗਿਆ ਹੁਣ ਤਾਂ ਅਮਰੀਕਾ ਲੋਕ ਘਰਾਂ ਤੋਂ ਕੰਮ ਕਰ ਰਹੇ ਸੀ ਹੁਣ ਦਫ਼ਤਰਾਂ ਵਿੱਚ ਆਉਣੇ ਸ਼ੁਰੂ ਹੋ ਗਏ ਆ ਤੇ ਉਦੋਂ ਇਸ ਕੰਮ ਤੇ ਕੋਈ ਫਰਕ ਪਿਆ ਕਿ ਟਰਕਿੰਗ ਇੰਡਸਟਰੀ ਬਹੁਤ ਅਪ ਰਹੀ ਹੈ ਪਿਛਲੇ ਸਾਲ ਦੇ ਦੌਰਾਨ ਬਾਕੀ ਸਾਰੇ ਕੰਮ ਘਾ ਠੱਪ ਹੋ ਗਏ ਸੀ ਤੇ ਤੁਹਾਡੇ ਫੈਕਟਰੀਂਗ ਦੇ ਕੰਮ ਤੇ ਕੋਈ ਫਰਕ ਪਿਆ ਜਾਏ ਇਹ ਵੀ ਅਪ ਗਿਆ ਇਹ ਵੀ ਦੇਖੋ ਭਾਜੀ ਅਪ ਗਿਆ ਜਦੋਂ ਜਦੋਂ ਲੋਡ ਦੇਖੋ ਜਦੋਂ ਲੋਡ ਵੱਜ ਜਾਂਦੇ ਨੇ ਹੈਨਾ ਤੇ ਉਹਨਾਂ ਦਾ ਜਿਹੜਾ ਭਾਰ ਹੈ ਉਹ ਵੀ ਵੱਜ ਜਾਂਦਾ ਹੈ। ਜੀ। ਫਿਰ ਤੇ ਕੈਸ਼ ਫਲੋ ਤੇ ਸਾਰੇ ਬੰਦੇ ਨੂੰ ਕੈਸ਼ ਫਲੋ ਚਾਹੀਦਾ ਕਿਉਂਕਿ ਉਹ ਹੁਣ ਆਪਣੀ ਕੰਪਨੀ ਨੂੰ ਵਧਾਉਣਾ ਚਾਹੁੰਦੇ ਨੇ ਫਟਾਫਟ। ਕਿਉਂਕਿ ਉਹਦਾ ਫਾਇਦਾ ਉਠਾਉਣਾ ਚਾਹੁੰਦੇ ਨੇ। ਜੀ। ਇਟ ਮੇਕਸ ਸੈਂਸ ਇਟਸ ਅ ਗੁੱਡ ਥਿੰਗ ਜਦੋਂ ਮਾਰਕੀਟ ਚੰਗੀ ਹੈ ਤੁਸੀਂ ਜਿੰਨਾ ਪੈਸਾ ਕਮਾ ਸਕਦੇ ਹੋ ਕਮਾਓ। ਰਾਈਟ? ਸੋ ਉਹਨਾਂ ਨੂੰ ਲੋੜ ਸੀ ਫੈਕਟਰੀਂਗ ਦੀ। ਸੋ ਸਾਡਾ ਵੀ ਜਿਹੜਾ ਬਿਜ਼ਨਸ ਹੈਗਾ ਉਹ ਵਧਦਾ ਰਿਹਾ। ਹੁਣ ਜਦੋਂ ਦੇਖੋ ਵਟ ਗੋਜ਼ ਅਪ ਮਸਟ ਕਮ ਡਾਊਨ ਕਹਿੰਦੇ ਨੇ ਨਾ। ਜਦੋਂ ਇਹ ਮਾਰਕੀਟ ਫਿਰ ਥੱਲੇ ਚਲੀ ਗਈ ਫਿਰ ਵੀ ਕੈਸ਼ ਫਲੋ ਦੀ ਲੋੜ ਹੋएगी ਕਿਉਂਕਿ ਕਰਜ਼ੇ ਤੇ ਦੇਣੇ ਪੈਂਦੇ ਨੇ ਟ੍ਰਕਿੰਗ ਦੀ ਫੀਸ ਵੀ ਦੇਣੀ ਆ ਪੈਂਦੀਆਂ ਨੇ ਰਾਈਟ ਸੋ ਜਿਹੜਾ ਫੈਕਟਰੀਂਗ ਹੈ ਉਹ ਚੱਲਦਾ ਹੀ ਰਹਿੰਦਾ ਹੈ ਜੀ ਤੇ ਤੁਹਾਡਾ ਵੈਸੇ ਇਹ ਫਾਇਦਾ ਹੈਗਾ ਕਿ ਤੁਹਾਡੇ ਕੋਲ ਟ੍ਰੱਕ ਟ੍ਰੇਲਰ ਲੈ ਕੇ ਤੁਹਾਡੇ ਨਾਲ ਹੀ ਫੈਕਟਰੀਂਗ ਕਰਕੇ ਸਾਰਾ ਕੰਮ ਉੱਥੋਂ ਹੋ ਸਕਦਾ ਜੀ ਤੇ ਟ੍ਰੱਕ ਟ੍ਰੇਲਰ ਦਾ ਜਿਹੜਾ ਹੈਗਾ ਤੁਹਾਡਾ ਸੇਲਜ਼ ਦਾ ਕੰਮ ਉਹ ਵੀ ਬਹੁਤ ਵੱਡਾ ਮੈਂ ਦੇਖਿਆ ਯਾਰ ਜਿਹੜਾ ਹੈਗਾ ਹਾਂਜੀ ਤੇ ਉਹ ਪਹਿਲਾਂ ਸੀਗਾ ਕਿ ਪਹਿਲਾਂ ਇਹ ਕੰਪਲਸ ਫੰਡਿੰਗ ਦਾ ਸੀਗਾ ਪਹਿਲਾ ਤੇ ਉਹ ਕੰਮ ਸ਼ੁਰੂ ਕੀਤਾ ਸੀ ਜਿਹੜਾ ਰੋਏ ਸੀ ਨਾ ਇਹਦਾ ਸੀਈਓ ਕੰਪਨੀ ਦਾ ਸੀ ਉਹਨਾਂ ਨੂੰ ਮਿਲੇ ਸੀ ਉੱਥੇ ਹਾਂਜੀ ਉਹਨਾਂ ਨੇ ਪਹਿਲੇ ਟਰੱਕ ਸੇਲ ਤੇ ਟਰੱਕ ਰੈਂਟਲ ਸ਼ੁਰੂ ਕੀਤਾ ਫਿਰ ਟ੍ਰੇਲਰ ਲੀਜ਼ਿੰਗ ਸ਼ੁਰੂ ਕੀਤੀ ਜੀ ਉਸ ਤੋਂ ਬਾਅਦ ਉਹਨਾਂ ਨੇ ਇੰਸ਼ੋਰੈਂਸ ਐਡ ਕੀਤਾ ਤੇ ਫਿਰ ਜਿਹੜੇ ਹੋਰ ਸੌਫਟ ਐਸੈਟਸ ਨੇ ਜਿਵੇਂ ਫੰਡਿੰਗ ਫੈਕਟਰੀਂਗ ਤੇ ਉਹ ਸਾਰਾ ਹੈਗਾ ਉਹ ਐਡ ਹੁੰਦਾ ਰਿਹਾ ਜੀ ਪਰ ਦੇਖੋ ਜਿਹੜੇ ਸਾਡੇ ਵੀਰ ਭੈਣ ਸਾਡੇ ਨਾਲ ਫੈਕਟਰ ਕਰਦੇ ਨੇ ਜਾਂ ਸਾਡੇ ਨਾਲ ਸਰਵਿਸਿਸ ਸਾਡੇ ਕੰਪੈਸਟਰ ਸਰਵਿਸਿਸ ਲੈਂਦੇ ਨੇ ਜੀ ਜੇ ਉਹਨਾਂ ਨੂੰ ਕੋਈ ਟਰੱਕ ਚ ਜਿਹਦਾ ਹੋਏ ਜਾਂ ਕੋਈ ਟਰਾਲੀ ਚ ਜਿਹਦੀ ਹੋਏ ਜਾਂ ਜਿਵੇਂ ਟ੍ਰੇਲਰ ਜਿਆ ਹੁੰਦਾ ਰਾਈਟ ਜੇ ਜੋ ਚ ਜਿਹੜੀਆਂ ਚਾਹੀਦੀਆਂ ਨੇ ਅਸੀਂ ਉਹਨਾਂ ਨੂੰ ਪਹਿਲੀ ਪਹਿਲੀ ਫੈਸਿਲਿਟੀ ਦਿੰਦੇ ਆ ਜੀ ਕਿਉਂਕਿ ਦੇਖੋ ਤੁਸੀਂ ਸਾਡੇ ਨਾਲ ਫੈਕਟਰ ਕਰਦੇ ਪਿਓ ਜੇ ਤੁਹਾਡੇ ਕੋਲ ਟਰੱਕ ਨਾ ਹੋਏ ਤੇ ਕਿਵੇਂ ਤੁਸੀਂ ਚਲਾਓਗੇ ਤੁਸੀਂ ਪੈਸਾ ਨਹੀਂ ਬਣਾ ਰਹੇ ਤੇ ਅਸੀਂ ਕਿਵੇਂ ਪੈਸਾ ਬਣਾਵਾਗੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਤੇ ਸੋ ਸਾਰਾ ਕੁਝ ਅਸੀਂ ਕੰਪਾਸ ਦੀ ਗੱਲ ਕਰ ਰਹੇ ਸੀਗੇ ਕੰਪਾਸ ਫੰਡਿੰਗ ਦੇ ਅਧੀਨ ਫੈਕਟਰੀਂਗ ਦੀ ਜਿਹੜੀ ਸਭ ਤੋਂ ਵੱਡੀ ਗੱਲ ਹੈਗੀ ਹੈ ਜੀ ਜਿਨ੍ਹਾਂ ਨੇ ਫੈਕਟਰੀਂਗ ਕੀਤੀ ਤੁਹਾਡੇ ਨਾਲ ਬਹੁਤ ਲੰਬੇ ਸਮੇਂ ਤੋਂ ਸਾਰੇ ਜੁੜੇ ਹੋਏ ਨੇ ਲੋਕ ਤੇ ਨਾਲ ਦੀ ਨਾਲ ਇੰਸ਼ੋਰੈਂਸ ਦੀ ਗੱਲ ਕਰੀ ਦੀ ਹੈ ਇੰਸ਼ੋਰੈਂਸ ਦੇ ਵਿੱਚ 2000 ਤੋਂ 7000 ਡਾਲਰ ਪਰ ট্রাক ਪਰ ਮਹੀਨਾ ਬਚਾ ਸਕਦਾ ਹੈ ਫਿਊਲ ਡਿਸਕਾਊਂਟਡ ਫਿਊਲ ਕਾਰਡ ਦੀ ਗੱਲ ਕਰੀ ਦੀ ਤੇ ਉਹਦੇ ਵਿੱਚ ਵੀ ਸਾਡੇ ਜਿਹੜੇ ਹੈਗੇ ਨੇ ਪੰਜਾਬੀ ਪੈਨਪਰਾ ਉਹ ਕਾਫੀ ਫਾਇਦਾ ਕਮਾ ਸਕਦੇ ਨੇ ਕਾਫੀ ਪੈਸਾ ਬਚਾ ਸਕਦੇ ਨੇ ਕੰਪਾਸ ਦੇ ਨਾਲ ਜੁੜ ਕੇ ਸੋ ਦਵਿੰਦਰ ਸਿੰਘ ਜੀ ਦਾ ਨੰਬਰ ਜਿਹੜਾ ਹੈਗਾ ਜੀ ਉਹ ਸਕਰੀਨ ਤੇ ਆ ਰਿਹਾ 1888360 4237 ਇਸ ਨੰਬਰ ਤੇ ਕਾਲ ਕਰੋਗੇ ਪੰਜਾਬੀ ਦੇ ਵਿੱਚ ਹੀ ਇਹ ਗੱਲ ਕਰਨਗੇ ਪੰਜਾਬੀ ਦੇ ਵਿੱਚ ਤੁਹਾਨੂੰ ਹਰ ਸਲਾਹ ਦੇ ਸਕਦੇ ਆ ਸੋ ਦਵਿੰਦਰ ਜੀ ਇੱਕ ਮੈਂ ਇਹ ਕਹਿਣਾ ਹੁੰਦਾ ਵੀ ਤੁਸੀਂ ਕਾਲ ਜ਼ਰੂਰ ਕਰੋ ਸਲਾਹ ਲੈਣ ਲਈ ਕੰਮ ਅਗਰ ਜੁੜਨਾ ਨਹੀਂ ਜੁੜਨਾ ਬਾਅਦ ਦੀ ਗੱਲ ਉਹ ਬਾਅਦ ਦੀ ਗੱਲ ਹੈ ਤੁਸੀਂ ਪਹਿਲੇ ਕਾਲ ਕਰੋ ਗੱਲ ਕਰੀਏ ਸੀ ਦੇਖੀਏ ਕਿ ਜਿੱਥੇ ਜੇ ਤੁਹਾਡੇ ਕੋਲ ਕੋਈ ਚੀਜ਼ ਹੋਏ ਜੋ ਤੁਹਾਡੇ ਲਈ ਤੁਹਾਡੀ ਕੰਪਨੀ ਲਈ ਚੰਗੀ ਹੋਏ ਮੈਂ ਇਹ ਨਹੀਂ ਕਹਾਂਗਾ ਕਿ ਤੁਸੀਂ ਉਹ ਛੱਡ ਕੇ ਮੇਰੇ ਕੋਲ ਆਓ ਮੈਂ ਕਹਾਂਗਾ ਬਹੁਤ ਚੰਗੀ ਚੀਜ਼ ਹੈ ਤੁਸੀਂ ਉਹ ਰੱਖੋ ਤੇ ਯੂ نو ਹੋਰਾਂ ਨੂੰ ਵੀ ਦੱਸੋ ਜੀ ਤੁਹਾਡਾ ਬਹੁਤ-ਬਹੁਤ ਧੰਵਾਦ ਜੀ ਘਰਾਂ ਵਿੱਚ ਬੈਠੇ ਦਰਸ਼ਕ ਵੀ ਕਦੇ ਵੀ ਦਿਵਿੰਦਰ ਸਿੰਘ ਜੀ ਨੂੰ ਕਾਲ ਕਰਨੀਆਂ ਨੰਬਰ ਸਕਰੀਨ ਤੇ ਆ ਰਿਹਾ ਜੇ ਫਿਰ ਵੀ ਮਿਸਪ੍ਰੈਸ ਹੋ ਜਾਏ ਨੰਬਰ ਇਹਨਾਂ ਦਾ ਮੇਰੇ ਕੋਲੋਂ ਲੈ ਸਕਦੇ ਹੋ ਇਹਨਾਂ ਨਾਲ ਗੱਲ ਕਰਨ ਕਰਨ ਵਾਸਤੇ ਘਰਾਂ ਵਿੱਚ ਬੈਠੇ ਦਰਸ਼ਕਾਂ ਦਾ ਬਹੁਤ-ਬਹੁਤ ਧੰਵਾਦ ਤੇ ਨਾਲ ਜੀ ਦਿਵਿੰਦਰ ਸਿੰਘ ਜੀ ਤੁਹਾਡਾ ਬਹੁਤ-ਬਹੁਤ ਧੰਨਿਆ ਪਿਆਰ ਭਰੀ ਸਤਿ ਸ਼ਕਾਲ ਜੀ